हेलो डियर स्टूडेंट्स हियर वेलकम इन टुडेस क्लास प्यारे विद्यार्थियों बार-बार ਤੁਹਾਡੇ ਵੱਲੋਂ ਜਿਹੜਾ ਦਸੰਬਰ ਵਿੱਚ ਪੇਪਰ ਆਇਆ ਇਸ ਦੇ ਗ੍ਰਾਮਰ ਤੇ ਸੋਲੂਸ਼ਨ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਅੱਜ ਆਪਾਂ ਇਸ ਦਾ ਸੋਲੂਸ਼ਨ ਵੇਖਦੇ ਆਂ ਤਾਂ ਇਸ ਨੂੰ ਕਈ ਭਾਗਾਂ ਦੇ ਵਿੱਚ ਆਪਾਂ ਵੰਡ ਕੇ ਥੋੜਾ-ਥੋੜਾ ਕਰਾਂਗੇ ਸਭ ਤੋਂ ਪਹਿਲਾਂ ਚੂਜ਼ ਦਾ ਕਰੈਪਟ ਆਪਸ਼ਨ ਫॉर ਟਰਾਂਸਲੇਸ਼ਨ ਫ্রম ਇੰਗਲਿਸ਼ ਟੂ ਪੰਜਾਬੀ ਇਹ ਦੇਖਦੇ ਆਂ ਆਪਾਂ ਪਹਿਲਾ ਵਾਕੀ ਹੈ ਸ਼ੀ ਹੈਂਡਡ ਓਵਰ द ਰਸੀਟ ਟੂ ਮੀ ਤਾਂ ਇਹਦੇ ਵਿੱਚ ਹੁਣ ਆਪਾਂ ਨੂੰ ਕਿਵੇਂ ਪਤਾ ਲੱਗੇ ਕਿਹੜੀ ਆਪਸ਼ਨ ਸਹੀ ਹੈ ਇਹ ਨਹੀਂ ਕਿ ਆਪਾਂ ਤੁੱਕਾ ਲਗਾਣਾ ਬੇਟਾ ਤਾਂ ਆਪਾਂ ਇੱਥੇ ਦੇਖਦੇ ਆਂ ਕੀ ਕੁਛ ਹੈ ਤੇ ਕਿਵੇਂ ਕਰਨਾ ਹੈ ਸ਼ੀ ਹੈਂਡਡ ਓਵਰ ਹੈਂਡਡ ਓਵਰ ਤਾਂ ਹੈਂਡਡ ਕਿਹੜੀ ਵਰਬ ਦੀ ਵੀ 2 ਹੋ ਸਕਦੀ ਹੈ ਵੀ 3 ਹੋ ਸਕਦੀ ਹੈ ਤਾਂ ਇਹ ਵੀ 2 ਲੱਗੀ ਹੋਈ ਹੈ ਦ ਰਸੀਟ ਰਸੀਦ ਹੋ ਗਿਆ ਟੂ ਮੀ ਟੂ ਮੀ ਮਤਲਬ ਮੈਨੂੰ ਤਾਂ ਆਪਾਂ ਆਪਸ਼ਨਸ ਵੱਲ ਧਿਆਨ ਦੇਨੇ ਉਸਨੇ ਮੈਨੂੰ ਰਸੀਦ ਫੜਾ ਦਿੱਤੀ ਉਸਨੇ ਮੈਨੂੰ ਰਸੀਦ ਫੜਾਉਣੀ ਹੈ ਅਜੇ ਫੜਾਉਣੀ ਹੈ ਉਸਨੇ ਉਹਨੂੰ ਰਸੀਦ ਫੜਾ ਦਿੱਤੀ ਇਹ ਰਿਜੈਕਟ ਹੋ ਗਿਆ ਕਿਉਂਕਿ ਉਹਨੇ ਮੀ ਹੈ ਤਾਂ ਉਹਨੂੰ ਲੱਗਦਾ ਹੀ ਨਹੀਂ ਉਹ ਮੈਨੂੰ ਰਸੀਦ ਫੜਾਵੇਗੀ ਫੜਾਵੇਗੀ ਫਿਊਚਰ ਟੈਂਸ ਹੈਗੇ ਬਿਲ ਸ਼ਲ ਉਸਨੇ ਮੈਨੂੰ ਰਸੀਦ ਫੜਾਉਣੀ ਹੈ ਅਜੇ ਕੰਮ ਕਰਨਾ ਪਰ ਇਹ ਹੈਂਡਲਡ ਬੀ ਟੂ ਆ ਗਿਆ ਤਾਂ ਪਾਸਟ ਟੈਂਸ ਹੈ ਤਾਂ ਕਿਹੜਾ ਟੈਂਸ ਪਾਸਟ ਤਾਂ ਇਹ ਵੀ ਆਪਸ਼ਨ ਹੋਗੀ ਤੇ ਵੈਸੇ ਤਾਂ ਆਪਾਂ ਨੂੰ ਕਲੀਅਰ ਵੈਸੇ ਹੀ ਪਤਾ ਲੱਗ ਗਿਆ ਇਹਨੇ ਉਸਨੇ ਮੈਨੂੰ ਰਸੀਦ ਫੜਾ ਦਿੱਤੀ is it artharofair tharo fair matlab ki ehda matlab ki hoya beta eh thoda ja hatki hai pehla da is it to hi apna dhyan lagaiye is it ki hai ta saryan de vich tusi dekh rahe ho ki hai par hun apna meaning wal dhyan dena kyunki fair nu mela samajh ke bacche mele wali option tick kar sakde hai par tharo fair ki hunde hai beta ਆਮ ਰਸਤਾ ਕੀ ਇਹ ਆਮ ਰਸਤਾ ਹੈ ਤਾਂ ਜਿਹੜੀ ਬੀ ਆਪਸ਼ਨ ਹੈ ਤੁਹਾਡੇ ਇਹ ਸਹੀ ਹੁੰਦੀ ਹੈ ਥਾਰੋ ਮਤਲਬ ਜਿਆਦਾ ਚੱਲਿਆ ਹੋਇਆ ਆਮ ਕਾਮਨ ਕੀ ਹੈ ਆਮ ਰਸਤਾ ਹੈ ਇਸ ਤੋਂ ਬਾਅਦ ਅਗਲਾ ਬਾਕ ਹੀ ਵਾਸ ਮੇਕਿੰਗ ਫਨ ਆਫ ਮੀ ਇਹ ਬੜਾ ਸਿੰਪਲ ਹੈ ਵਾਸ ਤਾਂ ਹੈ ਇੱਥੇ ਹੈ ਲੱਗਿਆ ਹੋਇਆ ਤਾਂ ਹੈ ਦੀ ਗੱਲ ਨਹੀਂ ਕਰ ਸਕਦੇ ਆਪਾਂ ਤੋ ਹਾਂ ਹਾਂ ਤਾਂ ਮਤਲਬ ਆਪਾਂ ਆਂਦਾ ਹੀ ਨਹੀਂ ਨਾ ਇੱਥੇ ਬਾਜ਼ ਹੈ ਤਾਂ ਹੈ ਗਲਤ ਹੋ ਗਿਆ ਉੜਾਵੇ ਗਾ ਵੀ ਗਲਤ ਹੈ ਤਾਂ ਇੱਥੇ ਵੀ ਹੈ ਤਾਂ ਅਸ ਆਪਣੇ ਕੋਲ ਸੀ ਵਾਲੇ অপਸ਼ਨ ਸਹੀ ਹੋਵੇਗੀ ਕਿਉਂਕਿ ਜਿਹੜਾ ਬਾਜ਼ ਹੈ ਇੱਥੇ ਲੱਗਿਆ ਹੋਇਆ ਹੈ ਬਾਜ਼ ਹੀ ਆਵਾਜ਼ ਮੇਕਿੰਗ ਵਨ ਆਫ ਮੀ ਨੈਕਸਟ ਵਾਕ ਦੇਖਦੇ ਆਪਾਂ ਚੋਸ the correct option translation from punjabi to english punjabi to english opposite hai oh lekhak nahi hai ta oh di english je apan dekhi hi hogi hai is nahi di not lekhak a writer ta saadi first option hi sahi ho jandi hai he is not a writer vajh lagda ni kyu ki c aa gaya paanch pher c aa gaya oh writer hai ta not nahi hga

ਈਜ਼ੀਲੀ ਬਤਲ ਗਿਆ ਆਪਾਂ ਨੂੰ ਜੇ ਟੈਂਸ ਆਪਾਂ ਨੂੰ ਪਤਾ ਹੈ ਤਾਂ ਈਜ਼ੀਲੀ ਆਨ ਲੱਗ ਜਾਂਦਾ ਹੈ ਕਿ ਤੁਸੀਂ ਕੱਲ ਉੱਥੇ ਗਏ ਕਿ ਤੁਸੀਂ ਕੱਲ ਉੱਥੇ ਗਏ ਇਹ ਤਾਂ ਇਹ ਕਿਹੜਾ ਟੈਂਸ ਹੈ ਬੇਟਾ ਪਾਸਟ ਟੈਂਸ ਕਿਹੜੇ ਟੈਂਸ ਦੀ ਗੱਲ ਕੀਤੀ ਜਾ ਰਹੀ ਹੈ ਪਾਸਟ ਦੀ ਤਾਂ ਪਾਸਟ ਦੇ ਵਿੱਚ ਕੀ ਯੂਜ਼ ਕਰਾਂਗੇ ਆਪਾਂ ਕੀ ਵਾਲਾ ਵਾਕ ਡਿਡ ਵਰਤਾਂਗੇ ਕਿਸ ਦਾ ਪ੍ਰਯੋਗ ਕਰਾਂਗੇ did did ਦੋ ਹੀ ਵਾਕਾਂ ਵਿੱਚ ਲੱਗਿਆ ਜੇ ਯੂ ਗੋ देयर ਟੂਮੋਰੋ ਡਿਡ ਯੂ ਗੋ देयर ਯਸਟਰਡੇ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਬੇਟਾ ਕਿ ਟੂਮੋਰੋ ਤਾਂ ਪਾਸਟ ਚ ਆਂਦਾ ਹੀ ਨਹੀਂ ਤਾਂ ਕਿਹੜੀ ਆਪਸ਼ਨ ਸਹੀ ਹੋਗੀ ਡੀ ਆਪਸ਼ਨ ਆਗੇ ਦੇਖਦੇ ਹਾਂ ਬੇਟਾ ਡੂਇਜ਼ ਡਿਡ ਇਹ ਵੀ ਗ੍ਰਾਮਰ ਦਾ ਪਾਰਟ ਹੈ ਉਹ ਟਰਾਂਸਲੇਸ਼ਨ ਸੀ ਇਹ ਗ੍ਰਾਮਰ ਹੈ ਫਿਲ ਇਨ ਦਾ ਬਲੈਂਕਸ ਵਿਦ ਅ ਸੂਟੇਬਲ ਡਿਟਰਮੀਨਰ 올 ਸਟੂਡੈਂਟਸ 올 ਡੈਸ਼ ਸਟੂਡੈਂਟਸ ਵੇਰ ਪ੍ਰੈਜ਼ੈਂਟ ਇਨ ਦਾ ਕਲਾਸ ਐਨ ਤਾਂ ਬਿਟ ਇਕਲੀ ਵਰਤਿਆ ਜਾਂਦਾ ਤਾਂ ਕਿ ਆਏਗਾ ਦ ਆਏਗਾ ਤਾਂ ਆਪਣੇ ਕੋਲ ਕਿਹੜੀ অপਸ਼ਨ ਹੋਏਗੀ ਦ ਹੀ ਬੋਟ 오রেঞ্জ ਐਂਡ ਬਨਾਨਾ ਤਾਂ 오রেঞ্জ ਬਾਉ ਲੱਖਰ ਹੈ ਤਾਂ ਕੀ ਲੱਗੇਗਾ ਇੱਥੇ ਐਨ ਤੇ ਬਨਾਨਾ ਤੇ ਕੀ ਲੱਜੂਗਾ ਅ ਕਿਉਂਕਿ ਬਨਾਨਾ ਦੇ ਮੁਰੇ ਬੀ ਹੈ ਬਾਉਲ ਸਾਊਂਡ ਨਹੀਂ ਹੈ ਊੜਾ ੜਾ ੜੀ ਦੀ ਆਵਾਜ਼ ਨਹੀਂ ਹੈ ਹੀ ਬੋਟ ਐਨ 오রেঞ্জ ਐਂਡ ਬਨਾਨਾ ही जंपड द पूल ओवर इंटो ओ प्रपोजिशन लगानी है देखो ओवर तो बेटा उपर दाल मारना पुल के उपरिदी छाल थोड़ी मारेगा बच्चा ज कोई भी है तो इंटो तो किश्शन सही है अपनी इंटू उसने पूलि तलाबाल मारी वी डैश नॉट टहलाइज शुड त मस्तों मॉडल यूज़ करने आप देखो पंजाबी बना के भी देख सकते हैं आप ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਤਾਂ ਨਹੀਂ ਚਾਹੀਦਾ ਵੀ ਸ਼ੁਡ ਨਾਟ ਟੈਲ ਲਾਇਜ਼ ਤਾਂ ਇੱਥੇ ਆਪਣਾ ਸ਼ੁਡ ਆਏਗਾ ਵਿਚ ਆਫ ਦ ਫੋਲੋਇੰਗ ਸੈਂਟੈਂਸਸ ਯੂਜ਼ਸ ਵਾਟਰ ਐਜ਼ ਅ ਨਾਉਨ ਵਾਟਰ ਕਿੱਥੇ ਨਾਉਨ ਦੇ ਤੌਰ ਤੇ ਪ੍ਰਯੋਗ ਹੋਇਆ ਹੈ ਇਹ অপਸ਼ਨ ਦੇ ਵਿੱਚ ਪਲੀਜ਼ ਗਿਵ ਮੀ ਸਮ ਵਾਟਰ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਪਾਣੀ ਦਿਓ ਮਾਈ ਮਦਰ વોਟਰਡ ਦ ਪਲੈਂਟਸ ਮੇਰੀ ਮਾਂ ਨੇ ਪਲੈਂਟਸ ਨੂੰ ਪਦਿਆਂ ਨੂੰ ਪਾਣੀ ਦਿੱਤਾ 80 ਇਸ ਅ ਬਿਗ ਵਾਟਰ ਬਾਡੀ ਸਮੁੰਦਰ ਪਾਣੀ ਦਾ ਵੱਡਾ ਸੋਮਾ ਹੈ ਤਾਂ ਇੱਥੇ ਬਾਡੀ ਦੇ ਨਾਲ ਵਾਟਰ ਆਇਆ ਬੇਟਾ ਤਾਂ ਇਹ ਕੀ ਹੋ ਗਿਆ ਐਜੈਕਟਿਵ ਹੋ ਗਿਆ ਇੱਥੇ ਵਾਟਰਡ ਆ ਗਿਆ ਇਹ ਵਰਬ ਹੋਗੀ ਤਾਂ ਆਵਲਾ ਵਾਟਰ ਜਿਹੜਾ ਇਹ ਸਾਡਾ ਕੀ ਹੈ ਨਾਉਨ ਹੈ ਕਿਉਂਕਿ ਇੱਥੇ ਪਾਣੀ ਨਾਮ ਦੇ ਰੂਪ ਵਿੱਚ ਪ੍ਰਯੋਗ ਹੋਇਆ ਸਮ ਵਾਟਰ ਕੁਝ ਪਾਣੀ choose the correct option of tense they were playing chess oh chess khel rahe san ta papa kitthon tense di pehchan karange very easy were lagge na ta were playing they were playing ta were playing de vich ki hai beta they were playing chess ta keda hogeya tense ehe past continuous ਕਿਹੜਾ ਟੈਂਸ ਹੋ ਗਿਆ ਬੇਟਾ ਇਹ ਪਾਸਟ ਕੰਟੀਨਿਊਸ ਕਿਉਂਕਿ ਵਰ ਪਲੈਂਕ ਵਰ ਪਾਸਟ ਲੀ ਆਈ ਐਨ ਜੀ ਜਦੋਂ ਕਿਤੇ ਵਾਸ ਵਰ ਜਾਂ ਪਲਨਲ ਪਲਸ ਆਈ ਐਨ ਜੀ ਹੁੰਦੇ ਮਤਲਬ ਟੈਂਸ ਕਰਾਉਂਦੇ ਸਮਝਾਇਆ ਸੀ ਤਾਂ ਕਿਹੜਾ ਹੁੰਦਾ ਹੈ ਪਾਸਟ ਕੰਟੀਨਿਊਸ ਸਿਲੈਕਟ ਦਾ ਕਰੈਕਟ ਆਪਸ਼ਨ ਆਫਟਰ ਰਿਮੂਵਿੰਗ ਟੂ ਫ্রম ਦਾ ਫੋਲਿੰਗ ਸੈਂਟੈਂਸਸ ਇਟ ਇਜ਼ ਨੇਵਰ ਟੂ ਲੇਟ ਟੂ ਮੈਂਟ ਕਦੇ ਵੀ ਇੰਨੀ ਦੇਰ ਨਹੀਂ ਹੁੰਦੀ ਕਿ ਅਸੀਂ ਸੁਧਾਰ ਨਾ ਸਕੀਏ ਤਾਂ ਆਪਾਂ ਨੂੰ ਪਤਾ ਕਿ ਟੂ ਕੱਟ ਕੇ ਆਪਾਂ ਸੋਚ ਤੇ ਦੇਟ ਲਗਾਣੇ ਆ ਥੈਟ ਇਜ਼ ਨੇਵਰ ਸੋ ਲੇਟ ਥੈਟ ਵਨ ਕੈਨ ਨਾਟ ਮੈਂਟ ਇਟ ਇਜ਼ ਨੇਵਰ ਸੋ ਲੇਟ ਥੈਟ ਵਨ ਕੈਨ ਨਾਟ ਮੈਂਟ ਤਾਂ ਆਪਣੇ ਕੋਲ ਕਿਹੜੀ ਆਪਸ਼ਨ ਲਵਾਂਗੇ ਆਪਾਂ ਇਟ ਇਜ਼ ਨੇਵਰ ਸੋ ਲੇਟ ਹੀ ਇਜ਼ ਟੂ ਵੀਕ ਟੂ ਰਨ ਉਹ ਇੰਨਾ ਕਮਜ਼ੋਰ ਹੈ ਕਿ ਦੌੜ ਨਹੀਂ ਸਕਦਾ ਹੀ ਸੋ ਵੀਕ ਦੈਟ ਹੀ ਕੈਨ ਨਾਟ ਰਨ ਉਹ ਇੰਨਾ ਕਮਜ਼ੋਰ ਹੈ ਕਿ ਉਹ ਦੌੜ ਨਹੀਂ ਸਕਦਾ ਤੀਸਰੀ অপਸ਼ਨ ਆਪਣੇ ਕੋਲ ਸਹੀ ਹੋਏਗੀ ਚੇਂਜ ði ਬੋਇਸ ðiਸ ਜੱਗ ਕੰਟੇਨਸ ਮਿਲਕ ਤਾਂ ਆਪਾਂ ਕੀ ਲਗਾਣੇ ਨੇ ਬੇਟਾ ਬੋਇਸ ਬੋਇਸ ਦੇ ਵਿੱਚ ਪਹਿਲਾਂ ਆਪਾਂ ਆਬਜੈਕਟ ਲੈਣੇ ਆ ਮਿਲਕ ਜਿਵੇਂ ਮਿਲਕ ਇਜ਼ ਕਿਉਂਕਿ ਕੰਟੇਨਸ ਵੀ ਵਨ ਹੈ ਇਜ਼ ਕੰਟੇਨਡ कंटेन दे नाल बाय नहीं लगता बेटा इन लगेगा तो मिलके इज कंटेन डन दिस जग तो ऑप्शन नंबर अपनी वन सही होगी डू यू लाइक मैंगोज़ ये क्वेश्चन वाला बेटा तो डू यू लाइक मैंगोज़ सब ऑब्जेक्ट कड़ा लवोंगे मैंगोज़ तो बहुत चाहे मैंगोज डू लगे हुए फर्स्ट फॉर्म है तो आर आएगा आर मैंगोज़ लाइक दी तीसरी फॉर्म लाइक यू क्वेश्चन मार्क तो फस्ट ऑप्शन सही है बेटा चेंज द नरेशन द टीचर सैट टू द स्टूडेंट यू मे गो नाउ तो टीचर ने बच्चे ऑर्डर भी दे ऑर्डर देगा ना बच्चा सैड भी कह भी सकता ऑर्डर भी दे है तो सैड टू का बन जाएगा बेटा टोल्ड इतने कौमे हटा के लगेगा बेटा दैट यू कि बदलेगा ਸਟੂਡੈਂਟ ਨਾਲ ਤਾਂ ਸਟੂਡੈਂਟ ਮਤਲਬ ਇਥੇ ਸ਼ੀ ਲਗਾਇਆ ਕੋਈ ਗੱਲ ਨਹੀਂ ਸ਼ੀ ਜਾਂ ਹੀ ਕੋਈ ਵੀ ਆ ਸਕਦਾ ਦਾ ਟੀਚਰ ਟੋਲਡ ਦਾ ਸਟੂਡੈਂਟ ਥੈਟ ਸ਼ੀ ਮੀ ਦਾ ਕੀ ਬਣ ਜੇਗਾ ਬੇਟਾ ਮਾਈਟ ਗੋ ਨਾਉ ਦਾ ਕੀ ਬਣ ਜੇਗਾ ਬੇਟਾ ਦੈਨ ਤਾਂ ਸ਼ੀ ਮਾਈਟ ਗੋ ਦੈਨ ਦਾ ਟੀਚਰ ਟੋਲਡ ਅਸ ਜਨ ਕੇ ਆਪਣੀ ਸੈਕਿੰਡ ਸ਼ੀ ਮਾਈਟ ਹਾਂਜੀ ਸੈਕਿੰਡ ਆਪਸ਼ਨ ਆਪਣੀ ਸਹੀ ਹੈ ਨੈਕਸਟ my sister said to me please don't disturb me please valence ki lagda beta requester requester sare lag gaya ithe request kalla lata hai ta galat ho gayi last there my sister said to the one ke requested me is that nahi lagega to not da please ta katte kiya na beta kyuki requester lag gaya do not da ki ban jande beta not to disturb me first person hai me geda person hai फस्ट परसन तो फस्ट परसन कि चेंज होंगे माई सिस्ट मतलब कि बन जूगा हर माई सिस्टर रिक्वैसटड मी नॉट टू डिस्टर्ब हर तिक्वेस्टड मी नॉट टू डिस्टर्ब हर पहले तो दूजे थोड़ा ये फर्क लगता ना मैं तो टू नॉट लाता नॉट टू पर कि ऑप्शन सही होगी अपनी सैकेंड वन तो सैकेंड बाक ज ਉਸ ਸਹੀ ਹੈ ਬੇਟਾ ਤਾਂ ਇਹ ਸੀ ਕੁਝ ਗ੍ਰਾਮਰ ਤੇ ਟ੍ਰਾਂਸਲੇਸ਼ਨ ਅੱਜ ਲਈ ਇੰਨਾ ਹੀ ਬਾਕੀ ਪੇਪਰ ਵੀ ਤੁਹਾਨੂੰ ਇਸੇ ਤਰ੍ਹਾਂ ਸਮਝਾ ਦਿੱਤਾ ਜਾਵੇਗਾ ਮੈਨੂੰ ਆਸ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਓਕੇ ਬੇਟਾ Enjoy the learning thank you ਤੁਕਮ ਕਰੀਏ ਨਾ ਕਰ ਲਈ ਜੀ